ਸਾਡੇ ਪ੍ਰਚਾਰਕਾਂ ਨੂੰ ਇੰਨੀ ਤੰਗੀ ਹੁੰਦੀ ਹੈ ਵੀ ਜੇ ਕੋਈ ਪਟਨਾ ਸਾਹਿਬ ਕਥਾ ਕਰਦਾ ਹੈ ਤਾਂ ਉੱਥੇ ਬੋਲਦਾ, ਜੇ ਕੋਈ ਦਿੱਲੀ ਦੇ ਵਿੱਚ ਬੰਗਲਾ ਸਾਹਿਬ ਕਥਾ ਕਰਦਾ ਹੈ ਤਾਂ ਉੱਥੇ ਬੋਲਦਾ। ਕੀ ਬੋਲਦੇ? ਕਹਿੰਦੇ ਤੁਸੀਂ ਇਕੱਠੇ ਹੋ ਕੇ ਸ਼ਹੀਦਾਂ ਸਾਹਿਬ ਸੰਗਤ ਪਾਠ ਕਿਉਂ ਕਰਦੀ ਹੈ? ਕਹਿੰਦੇ ਐਤਵਾਰ ਚੁਪਹਿਰੇ ਦੇ, ਕਹਿੰਦੇ ਉੱਥੇ ਸੜਕਾਂ ਜਾਮ ਹੋ ਜਾਂਦੀਆਂ, ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ, ਘਰਾਂ 'ਚ ਬਹਿ ਕੇ ਬਾਣੀ ਪੜ੍ਹ ਲਓ। ਦੱਸ ਵੀ ਗੁਰੂ ਘਰ ਕਾਹਦੇ ਲਈ ਬਣੇ ਨੇ? ਮਹਾਰਾਜ ਦੇ ਅਸਥਾਨ ਸੰਗਤ ਨੂੰ ਜੋੜਨ ਵਾਸਤੇ ਬਣੇ ਨੇ। ਇੱਕ ਪਾਸੇ ਆਪਾਂ ਕਹਿੰਦੇ ਹਾਂ ਵੀ ਸਾਡੇ ਧਰਮ ਛੱਡਦੇ ਜਾ ਰਹੇ ਹੈ, ਉਹ ਤਾਂ ਹਰ ਐਤਵਾਰ ਲਾਲਚ ਦੇ ਕੇ ਭੀੜਾਂ ਇਕੱਠੀਆਂ ਕਰਦੇ ਹੈ, ਇੱਧਰ ਆਪਣੇ ਆਪ ਸੰਗਤ ਪ੍ਰੇਮ ਦੀ ਖਿੱਚੀ ਆ ਰਹੀ ਹੈ। ਵੀ ਅਸੀਂ ਤਾਂ ਇਹੀ ਕਹਾਂਗੇ ਜਿੰਨੀ ਬਾਣੀ ਪੜ੍ਹੀ ਜਾਂਦੀ ਓਨੀ ਪੜ੍ਹੋ, ਇਕੱਲਾ ਸੜਕਾਂ ਕਿਉਂ ਜਾਮ? ਮਹਾਰਾਜ ਕਿਰਪਾ ਕਰਨ ਸਾਰਾ ਸ਼ਹਿਰ ਹੀ ਜਾਮ ਹੋਊਗਾ ਇੱਕ ਦਿਨ। ਸੁਖਮਨੀ ਸਾਹਿਬ ਜੀ ਦੇ ਗੁਟਕੇ ਲੈ ਕੇ ਸਾਰੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੰਗਤ ਬੈਠੀ ਹੋ, ਜਿੱਥੇ ਜਿੱਥੇ ਵੀ ਮਹਾਰਾਜ ਦੇ ਅਸਥਾਨ ਨੇ, ਜਪਜੀ ਸਾਹਿਬ ਦੇ ਗੁਟਕੇ ਸਾਹਿਬ ਲੈ ਕੇ ਛੋਟੇ ਬੱਚੇ ਤੋਂ ਲੈ ਕੇ ਬਿਰਧ ਬਾਬੇ ਤੀਕਰ ਬੈਠਾ ਹੋਊਗਾ। ਜਿੰਨੇ ਰੌਲਾ ਪਾਉਣਾ ਜਿੰਨਾ ਮਰਜ਼ੀ ਪਾਵੇ, ਗੁਰੂ ਨਾਨਕ ਸਾਹਿਬ ਦੀ ਕਲਾ ਵਰਤ ਰਹੀ ਹੈ ਅਤੇ ਵਰਤਣੀ ਹੈ। ਮਹਾਰਾਜ ਤਾਂ ਕਹਿੰਦੇ ਘਰ ਘਰ ਅੰਦਰ ਧਰਮਸਾਲ, ਹਰ ਘਰ ਗੁਰਦੁਆਰਾ ਬਣਾ ਦੇਣਾ ਹੈ ਅਤੇ ਹਰ ਘਰ ਦੇ ਵਿੱਚੋਂ ਜਦੋਂ ਬਾਣੀ ਦੀ ਆਵਾਜ਼ ਆਊਗੀ ਤਾਂ ਇਹਨਾਂ ਨਿੰਦਕਾਂ ਦੀਆਂ ਫਿਰ ਕਿਵੇਂ ਚੀਕਾਂ ਵੱਜਣਗੀਆਂ? ਤਾਂ ਜਿਹੜਾ ਵੀ ਮਹਾਰਾਜ ਦੇ ਘਰ ਦੇ ਪ੍ਰਤੀ ਭੌਂਕਦਾ ਹੈ, ਫਿੱਟ ਜਾਂਦਾ ਹੈ, ਉਹਨਾਂ ਦੀ ਹਾਲਤ ਇੱਕ ਤਰ੍ਹਾਂ ਸੱਤੇ ਬਲਵੰਡੇ ਵਾਲੀ ਮਹਾਰਾਜ ਜ਼ਰੂਰ ਕਰਨ, ਜਿਵੇਂ ਉਹਨਾਂ ਦਾ ਸਰੀਰ ਫਿੱਟਿਆ ਸੀ। ਜਿਹੜਾ ਤੁਹਾਨੂੰ ਕਹੇ ਵੀ ਪਾਠ ਨਹੀਂ ਕਰਨਾ ਚਾਹੀਦਾ, ਪਾਠ ਕਰਨ ਦਾ ਫਾਇਦਾ ਹੀ ਕੀ ਹੈ? ਉਹਨੂੰ ਕਹੇ ਤੇਰੇ ਜੰਮਣ ਦਾ ਕੀ ਫਾਇਦਾ ਹੈ, ਤੈਨੂੰ ਜੰਮਿਆ ਕਿਉਂ? ਤੇਰੀ ਮਾਂ ਨੇ, ਕਹਿੰਦੇ ਤੂੰ ਜੰਮਦਾ ਹੀ ਨਾ, ਜੇ ਨਾ ਹਰ ਹਿਰਦੇ ਨਾਮ ਨਾ ਵਸਿਓ ਤੈਨੂੰ ਮਾਤ ਕੀਜਾ ਹਰ ਬਾਂਝਾ। ਕਹਿੰਦੇ ਉਹਨਾਂ ਦੀ ਮਾਂ ਹੀ ਬਾਝ ਹੋ ਜਾਂਦੀ। ਜਿਹੜਾ ਇਹ ਕਹਿੰਦਾ ਵੀ ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਪਾਠ ਕਰਨ ਦਾ ਕੀ ਫਾਇਦਾ ਹੈ? ਮਰਜ਼ੀ ਕਥਾ ਵਾਦਕ ਤੁਹਾਨੂੰ ਕੋਈ ਚੰਗਾ ਲੱਗੇ, ਜਿੱਦਣ ਤੁਹਾਨੂੰ ਇਹ ਕਹੇ ਵੀ ਬਾਣੀ ਪੜ੍ਹਨ ਦਾ ਫਾਇਦਾ ਕੋਈ ਨਹੀਂ ਹੈ, ਉੱਦਣ ਹੀ ਉਹਨੂੰ ਆਪਣੇ ਮਨ 'ਚੋਂ ਕੱਢ ਕੇ ਬਾਹਰ ਸੁੱਟ ਦਿਓ, ਕਿਉਂਕਿ ਤੁਹਾਨੂੰ ਗੁਰਬਾਣੀ ਮੁੱਖ ਹੈ, ਨਾ ਕੋਈ ਗਿਆਨੀ ਕਥਾ ਵਾਚਕ ਗ੍ਰੰਥੀ ਰਾਗੀ ਢਾਡੀ ਤੁਹਾਡੇ ਲਈ ਮੁੱਖ ਨਹੀਂ ਹੈ। ਰਾਗੀ ਗ੍ਰੰਥੀ ਕਥਾ ਵਾਚਕ ਸੰਗਤ ਤਾਂ ਚੰਗਾ ਸਮਝਦੀ ਹੈ ਵੀ ਇਹ ਮੇਰੇ ਗੁਰੂ ਦੀ ਗੱਲ ਸੁਣਾਉਂਦਾ, ਅਤੇ ਜੇ ਕੋਈ ਗੁਰੂ ਦੀ ਗੱਲ ਛੱਡ ਕੇ ਅਤੇ ਸੰਗਤ ਨੂੰ ਇਹ ਆਖੇ ਤੇ ਤੁਹਾਨੂੰ ਪਾਠ ਕਰਨ ਦੀ ਲੋੜ ਕੋਈ ਨਹੀਂ ਹੈ, ਤੇ ਫਿਰ ਉਹ ਜੇ ਕਥਾ ਵਾਚਕ ਤੁਸੀਂ ਕੀ ਲੈਣਾ ਹੈ?